ਪਿੰਡ ਅਵਾਨ ਭੀਖੇ ਸ਼ਾਹ ਦੀ ਬੁਨਿਆਦ ਸਨ 1947 ਚ ਬਟਵਾਰੇ ਤੋਂ ਬਾਅਦ ਚੰਦ ਪੰਜਾਬੀਆਂ ਨੇ ਪਾਕਿਸਤਾਨ ਤੋਂ ਆ ਕੇ ਰੱਖੀ। ਪਿੰਡ ਅਵਾਨ ਦੇ ਲੋਕ ਬਹੁਤ ਹੀ ਦਿਲਦਾਰ ਅਤੇ ਮਿਹਨਤੀ ਹਨ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪਿੰਡ ਅਵਾਨਾ ਨੇ ਥੋੜ੍ਹੇ ਸਮੇਂ ਦੇ ਨਾਲ ਬਹੁਤ ਜ਼ਿਆਦਾ ਤਰੱਕੀ ਹਾਸਿਲ ਕੀਤੀ ਹੈ। ਪਿੰਡ ਦੇ ਚਾਰ ਸਫੇਰੇ ਅਲੀਸ਼ਾਨ ਇਮਾਰਤਾਂ ਬਣ ਗਈਆਂ ਹਨ। ਹਰ ਇੱਕ ਘਰ ਦੇ ਵਿੱਚ ਮੌਜੂਦਾ ਸਹੂਲਤਾਂ ਹਨ। ਪਿੰਡ ਅਵਾਨ ਦੀਆਂ ਕੋਠੀਆਂ ਦੇ ਡਿਜ਼ਾਇਨ ਦੇਖ ਕੇ ਦਿਲ ਬਾਗੋ ਬਾਗ ਹੋ ਜਾਂਦਾ ਹੈ। ਇਸ ਪਿੰਡ ਨੂੰ ਅੱਜ ਅਸੀਂ ਪਿੰਡ ਨਹੀਂ ਕਹਿ ਸਕਦੇ। ਕੋਠੀਆਂ ਦੇ ਮੁਕਾਬਲੇ 'ਤੇ ਇਹ ਪਿੰਡ ਵੱਡੇ ਵੱਡੇ ਸ਼ਹਿਰਾਂ ਦੀਆਂ ਕੋਠੀਆਂ ਨੂੰ ਮਾਤ ਕਰਦਾ ਹੈ। ਇਸ ਪਿੰਡ ਦੀ ਤਰੱਕੀ ਦਾ ਸਭ ਤੋਂ ਵੱਡਾ ਕਾਰਨ ਹੈ ਮਿਹਨਤ ਅਤੇ ਮੁਸ਼ੱਕਤ। ਇਸ ਪਿੰਡ ਦੇ ਲੋਕ ਬਹੁਤ ਹੀ ਜ਼ਿਆਦਾ ਮਿਹਨਤੀ ਅਤੇ ਇੱਕ ਦੂਜੇ ਦੇ ਮਦਦਗਾਰ ਹਨ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਸੰਨ 47 ਦੀ ਵੰਡ ਹੋਈ, ਦੇਸ਼ ਦਾ ਬਟਵਾਰਾ ਹੋਇਆ, ਫਿਰ ਇਹ ਸਾਡੇ ਲੋਕ ਇੱਧਰ ਆ ਕੇ ਅਵਾਨ ਭੀਖੇ ਸ਼ਾਹ ਦੇ ਵਿੱਚ, ਖਾਸ ਕਰਕੇ ਮੈਂ ਲਵਾਣਾ ਬਰਾਦਰੀ ਕਹਿ ਦੇਵਾਂ, ਇਹ ਆ ਕੇ ਇੱਥੇ ਵਸੀ ਅਤੇ ਸਾਡੇ ਮਹਾਨ ਸਤਿਕਾਰਯੋਗ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਇਸ ਇਲਾਕੇ 'ਤੇ ਕਿਰਪਾ ਕੀਤੀ ਕਿ ਸਾਰਾ ਇਲਾਕਾ ਜਿਹੜਾ ਸੁਬਾਨਪੁਰ ਤੋਂ ਲੈ ਕੇ ਕਪੂਰਥਲਾ, ਹੁਸ਼ਿਆਰਪੁਰ, ਇਹ ਸਾਰੇ ਹੀ ਦਸੂਬੇ ਤੱਕਰ ਇਕੱਠੇ ਬਿਠਾਏ ਅਤੇ ਪਿਆਰਿਓ, ਇਹ ਸਾਡਾ ਜਿਹੜਾ ਨਗਰ ਹੈ ਇਹ ਬਹੁਤ ਭਾਗਸ਼ਾਲੀ ਹੈ। ਇਹ ਸਾਰੇ ਹੀ ਜੋ ਇਲਾਕੇ ਦੇ ਪਿੰਡਾਂ ਦੇ ਵਿੱਚੋਂ, ਖਾਸ ਕਰਕੇ ਇੱਥੇ ਗੁਰੂ ਕਾ ਲੰਗਰ ਜਿਹੜਾ ਬੜੇ ਹੀ ਮਸ਼ਹੂਰ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈ। ਪਿੰਡ ਅਵਾਨ ਦੀਆਂ ਗਲੀਆਂ ਉਹਨਾਂ ਲੋਕਾਂ ਨੂੰ ਆਵਾਜ਼ਾਂ ਮਾਰ ਰਹੀਆਂ ਹਨ ਜੋ ਕਿ ਪਿੰਡ ਨੂੰ ਛੱਡ ਕੇ ਬਾਹਰਲੇ ਮੁਲਕਾਂ 'ਚ ਮਿਹਨਤ ਕਰਨ ਚਲੇ ਗਏ ਹਨ, ਜਿਹੜੇ ਕਿ ਅਜੇ ਤੱਕ ਨਹੀਂ ਪਤ ਸਕੇ। ਜਦੋਂ ਕਦੇ ਵੀ ਉਹ ਲੋਕ ਪਿੰਡ ਵਾਪਸ ਆ ਕੇ ਵੇਖਣਗੇ ਕਿ ਉਹਨਾਂ ਦੇ ਚਹੀਤੇ ਪਿੰਡ ਵਿੱਚ ਕਿੰਨੀ ਜ਼ਿਆਦਾ ਤਬਦੀਲੀ ਆ ਗਈ ਹੈ। ਕੋਈ ਵੀ ਇਨਸਾਨ ਇੱਕ ਵਾਰੀ ਪਿੰਡ ਅਵਾਨਾ ਦੀ ਸੈਰ ਕਰ ਲਵੇ ਤੇ ਫਿਰ ਉਹ ਕਦੀ ਇਸ ਪਿੰਡ ਨੂੰ ਨਹੀਂ ਭੁਲਾ ਸਕੇਗਾ। ਸਭ ਰੱਬ ਤੇ ਛੱਡਿਆ ਬਈ ਨਾ ਫਿਕਰ ਨਾ ਫਾਕਾ, ਨੱਚ ਕੇ ਯਾਰ ਮਨਾ ਕੇ ਤੁਰ ਗਏ ਤੇ ਲੋਕੀ ਕਹਿਣ ਸਿਆਪਾ, ਸਾਡੇ ਵਾਲੀ ਤੈਨੂੰ ਨਹੀਂ ਉਹ ਚੜਨੀ, ਸਾਡੇ ਵਾਲੀ ਤੈਨੂੰ ਨਹੀਂ ਉਹ ਚੜਨੀ, ਚਾਹੇ ਖਾਲੀ ਕਰਦੇ ਬੀਬੀ ਠੇਕੇ, ਡੇਰੇ ਚ ਫਕੀਰ ਨੱਚਦਾ ਤੇ ਰੱਬ ਸਾਹਮਣੇ ਬੈਠ ਕੇ ਵੇਖੇ, ਡੇਰੇ ਚ ਫਕੀਰ ਨੱਚਦਾ
ਤੇ ਰੱਬ ਸਾਹਮਣੇ ਬੈਠ ਕੇ ਵੇਖੇ ਡੇਰੇ ਚ ਫਕੀਰ ਨੱਚਦਾ। ਇਹ ਪਿੰਡ ਦੀ ਉਹ ਗਲੀ ਹੈ ਜਿਹਦੇ ਵਿੱਚ ਰਹਿ ਕੇ ਮੈਂ ਆਪਣਾ ਸਾਰਾ ਬਚਪਨ ਬਤੀਤ ਕੀਤਾ ਹੈ। ਕਿਸੇ ਟਾਈਮ ਇਸ ਗਲੀ ਦੇ ਵਿੱਚ ਇੰਨੀ ਰੌਣਕ ਹੁੰਦੀ ਸੀ ਅਤੇ ਕਿਧਰੇ ਬਾਹਰ ਜਾਣ ਦੀ ਲੋੜ ਨਹੀਂ ਸੀ ਪੈਂਦੀ, ਪਰ ਅੱਜ ਇੱਥੇ ਪੁਰਾਣੇ ਘਰ ਪੁਰਾਣੀਆਂ ਇਮਾਰਤਾਂ ਰਹਿ ਗਈਆਂ ਹਨ ਅਤੇ ਉਹ ਮਿੱਠੀਆਂ ਬਚਪਨ ਦੀਆਂ ਯਾਦਾਂ ਵੀ ਇਸ ਗਲੀ ਦੇ ਵਿੱਚ ਕਿਤੇ ਗੁੰਮ ਹੋ ਗਈਆਂ ਹਨ। ਦੇਖੋ ਜੀ, ਸਾਡੇ ਮਾਣਾ ਸੰਬੰਧ ਬਹੁਤ ਵਧੀਆ। ਸਾਡੇ ਜਨਾਨੇ ਵੀ ਇਸ ਪਿੰਡ 'ਚ ਆਣ ਕੇ ਕੰਮ ਕਰਦੀਆਂ, ਅਸੀਂ ਵੀ ਇਸ ਪਿੰਡ 'ਚ ਆਣ ਕੇ ਕੰਮ ਕਰਦੇ ਹਾਂ ਅਤੇ ਫਿਰ ਰੋਟੀ ਖਾਂਦੇ ਹਾਂ। ਨਹੀਂ ਜੇ ਮੰਨ ਲਓ ਇਹ ਮਾਣਾ ਪਿੰਡ ਨਾ ਹੋਵੇ ਤਾਂ ਅਸੀਂ ਭੁੱਖੇ ਮਰ ਸਕਦੇ ਹਾਂ। ਅਸੀਂ ਇੱਥੇ ਬਹਿ ਕੇ ਸਾਰੇ ਸਾਰੀਆਂ ਗੱਲਾਂ ਬਾਤਾਂ ਕਰੀ ਦੀਆਂ, ਹਰ ਕਿਸੇ ਨੇ ਗੱਲ ਸ਼ੇਅਰ ਕਰੀ ਦੀ, ਵੈਸੇ ਇੱਥੇ ਬੈਠੇ ਰਹਿੰਦੇ ਮਸਤੀ ਮਾਰ। ਬਾਹਰੋਂ ਪੈਸੇ ਆਏ ਸੀ, ਪ੍ਰੋਗਰੈਸ ਹੋਈ, ਵਾਹਵਾ ਚੰਗਾ ਕੰਮ ਏ। ਸਹੀ ਬੋਲ, ਸਹੀ ਬੋਲ। ਵਾਣਾ 'ਚ ਸਭ ਕੁਝ ਵਧੀਆ ਹੁੰਦੇ ਆ, ਵਿਆਹ ਵੀ ਚੰਗੇ ਹੁੰਦੇ ਨੇ। ਜਿਹੇ ਪਿੰਡ ਦੀ ਕਹਾਣੀ ਜਿਹੜੀ ਤੁਹਾਡੇ ਅੱਜ ਅਸੀਂ ਰੂਬਰੂ ਕਰਵਾਈ। ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਕੱਢ ਕੇ ਇਹ ਮੂਵੀ ਦੇਖਣ ਲਈ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ।